ਜੀ ਅਸਲਾਮ ਅਲੈਕੁਮ ਵੀਰੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਉਮੀਦ ਕਰਨਾ ਸਾਰੇ ਠੀਕ ਠਾਕ ਹੋ ਜੀ ਤੁਹਾਡਾ ਭਰਾ ਅੱਜ ਬਹੁਤ ਬਿਜ਼ੀ ਰਹਿ ਗਿਆ ਸਵੇਰ ਦਾ ਤੇ ਮਸਰੂਫੀਅਤ ਦੀ ਵਜ੍ਹਾ ਤੋਂ ਉਸ ਸਵੇਰ ਵੀਡੀਓ ਨਹੀਂ ਬਣਾਈ ਤੇ ਫਾਰਮ ਤੇ ਆ ਕੇ ਬਣਾਈ ਹੈ ਤੇ ਹੁਣ ਪਹੁੰਚ ਗਿਆ ਫਾਰਮ ਤੇ ਜੀ ਮਾਸ਼ਾਅੱਲਾ ਜੀ ਇੱਕ ਮੁਰੱਬੇ ਦੀ ਕਟਾਈ ਹੋ ਗਈ ਮਾਸ਼ਾਅੱਲਾ ਜੀ ਆ ਦੁਨੀਆ ਕਾਫਲਾ ਲੱਗਾ ਹੈ ਜੀ ਆਪਣੇ ਜ਼ੋਰੋ ਸ਼ੋਰ ਨਾਲ ਜੀ ਆ ਦੇਖੋ ਜੀ ਗੁੱਡੀ ਕਰਨ ਵਾਸਤੇ ਜੀ ਉਹ ਆਪਣੀ ਮਾਸ਼ਾਅੱਲਾ ਜੀ ਮਸ਼ੀਨ ਚੱਲਦੀ ਪਈ ਹੈ ਜੀ ਹੁਣ ਖਾਲੀ ਹੋਣ ਦਾ ਟਾਈਮ ਆ ਗਿਆ ਜੀ ਆ ਜੀ ਨੈਕ ਹੈ ਜੀ ਮਸ਼ੀਨ ਦਾ ਤੇ ਹੁਣ ਚੱਲਨੇ ਆ ਆਪਾਂ ਇਹਨੂੰ ਟਰਾਲੀ ਨੂੰ ਬੈਕ ਕਰਨੇ ਆ ਤੇ ਟਰਾਲੀ ਨੂੰ ਬੈਕ ਕਰਕੇ ਤਾਂ ਆਪਾਂ ਜਦੋਂ ਨੂੰ ਲਵਾਨੇ ਆ ਆ ਵੀਡੀਓ ਖਤਮ ਹੋ ਗਿਆ ਜੀ ਜਿੱਦਾਂ ਆਪਣਾ ਤੇ ਯਾਦਵਾਂ ਦੀ ਰਾਜ ਫਸਿਆ ਪਿਆ ਕਾਫੀ ਦਿਨਾਂ ਬਾਅਦ ਜੀ 6 ਮਹੀਨੇ ਬਾਅਦ ਤੋਂ ਰੱਬਾ ਨੇ ਕੰਮ ਵੀ ਕੀਤਾ ਦੁਬਾਰਾ ਆਪਣੇ ਆਪਣੇ ਕੰਮ ਕਰਨ ਨੂੰ ਮਸਰੂਫੀਅਤ ਤੇ ਕੱਢ ਕੇ ਦੋ ਜੀ ਆ ਗਈ ਜੀ ਤੁਹਾਡੇ ਭਰਾ ਦੇ ਸਾਹਮਣੇ ਮਸ਼ੀਨ ਤੇ ਇਹ ਖਾਲੀ ਕਰਵਾਉਂਦੇ ਆ ਖਾਲੀ ਕਰਵਾ ਕੇ ਤੇ ਆਪਣੀ ਟਰਾਲੀ ਬਣਵਾ ਕੇ ਚੱਲੇ ਆ ਜੀ ਆ ਟਰਾਲੀ ਹੈ ਜੀ ਖਾਲੀ ਜੀ ਬੰਦਾ ਮਾਲੀ ਜੀ ਆ ਤੁਹਾਡਾ ਵੀਰਾ ਆ ਜੀ ਹੁਣ ਜਾ ਰਹੇ ਹਾਂ ਆ ਇਹਨੇ ਪੈਪ ਚੁੱਕ ਲਿਆ ਜੀ ਹੁਣ ਇਹਦੇ ਥੱਲੇ ਲਿਆ ਕੇ ਆਉਂਦੇ ਹਾਂ ਜੀ ਤੇ ਹੁਣ ਇੱਥੇ ਕਣਕ ਲਵਾਉਂਦੇ ਹਾਂ ਆ ਜੀ ਆਪਣੀ ਹਾਂ ਆ ਪਰੇ ਕਰ ਆ ਕੇ ਆ ਮੈਂ ਜੀ ਥੱਲੇ ਲੱਗ ਗਿਆ ਜੀ ਆ ਜੀ ਹੁਣ ਇਹਨੂੰ ਪਰੇ ਕਰਨੇ ਆਪਾਂ ਜੀ ਤੁਹਾਨੂੰ ਵਿਖਾਉਂਦੇ ਹਾਂ ਤੇ ਹੁਣ ਜੀ ਕਣਕ ਲਵਾਉਂਦੇ ਹਾਂ ਤੇ ਲਓ ਜੀ ਗਾਈਜ਼ ਚੈੱਕ ਕਰੋ ਮਾਸ਼ਾਅੱਲਾ ਆ ਜੀ ਕਾਫਲਾ ਆਇਆ ਜੀ ਕਾਫਲਾ ਜੀ ਆਪਣਾ ਪੂਰਾ ਕਾਫਲਾ ਜੀ ਸਟ੍ਰਾਈਕ ਕਰੀ ਪਿਆ ਜੀ ਅਤੇ ਆਪਣੇ ਸਿੱਧਾ ਦੁਆਣੀ ਚੁੱਕ ਰਿਹਾ ਜੋ ਰਿਜ਼ਕ ਮਿਲਣਾ ਆ ਲੱਗੇ ਪਿਆ ਜੀ ਤੁਹਾਡਾ ਭਰਾ ਉੱਤੇ ਚੜ੍ਹਨ ਲੱਗਿਆ ਉੱਤੋਂ ਚੱਲ ਕੇ ਹੁਣ ਤੁਹਾਡਾ ਭਰਾ ਉੱਤੇ ਚੜ੍ਹਨ ਲੱਗਿਆ ਉੱਤੋਂ ਚੱਲ ਕੇ ਤੁਹਾਨੂੰ ਨੈਕ ਵਿਖਾਉਂਦੇ ਹਾਂ ਨੈਕ ਤੋਂ ਬਾਅਦ ਤੁਹਾਨੂੰ ਮਸ਼ੀਨ ਦੇ ਵਿੱਚੋਂ ਗੰਦਾ ਵਾਂਢੇ ਵਿਖਾਉਂਦੇ ਹਾਂ ਚੜ੍ਹ ਗਿਆ ਜੀ ਤੁਹਾਡਾ ਭਰਾ ਉੱਤੇ ਲਓ ਜੀ ਉਹ ਜੀ ਆਪਣੀ ਹੁਣ ਟਰਾਲੀ ਤੁਹਾਡਾ ਭਰਾ ਜੀ ਉੱਤੇ ਆ ਗਿਆ ਆ ਜੀ ਤੁਹਾਡਾ ਭਰਾ ਹੁਣ ਚੜ੍ਹੇਗਾ ਉੱਤੇ ਲਓ ਜੀ ਤੁਹਾਡਾ ਭਰਾ ਚੋਟੀ ਤੇ ਚੜ੍ਹ ਗਿਆ ਹੁਣ ਜੀ ਗੰਦਮ ਦੀ ਕਟਾਈ ਵੇਖ ਰਿਹਾ ਤੇ ਨਾਲੇ ਇੰਜੋਏ ਕਰ ਰਿਹਾ ਤੇ ਨਾਲੇ ਉੱਧਰੋਂ ਲਾ ਖਾਲੀ ਹੁੰਦਾ ਵੀ ਤੁਹਾਨੂੰ ਖਾਂਦੇ ਹਾਂ ਜੀ ਆਹ ਇਹਦੀ ਮਸ਼ੀਨਰੀ ਹੈ ਜੀ ਆਹ ਇਹਦਾ ਲੈਵਲ ਹਿਸਾਬ ਕਿਤਾਬ ਹੈ ਜੀ ਆਪਣੇ ਕੋਲ ਉੱਥੇ 70 ਆਈਏ ਤੁਹਾਡਾ ਭਰਾ ਮਸ਼ੀਨ ਦੇ ਉੱਤੇ ਚੜਿਆ ਚੈੱਕ ਕਰੋ ਲਓ ਜੀ ਕਾਫਲਾ ਤੁਹਾਨੂੰ ਉੱਤੋਂ ਦੀ ਵਿਖਾਈਏ ਜ਼ੂਮ ਕਰ ਮਾਸ਼ਾਅੱਲਾ ਜੀ ਅਕਬਰ ਅੱਬੇ ਦੀ ਕਟਾਈ ਖਤਮ ਉਸ ਤੋਂ ਬਾਅਦ ਜੀ ਸੁਬਾ ਆਇਆ ਨਹੀਂ ਤਾਂ ਪਰਸੋਂ ਇਸ ਤੋਂ ਬਾਅਦ ਵੀ ਸ਼ੁਰੂ ਕਰਾਂਗੇ ਬਕਾਇਆ ਜੀ ਆਪਣੇ ਉੱਧਰ ਹੈ ਜੀ ਮੁਰੱਬਾ ਉਹਦੀ ਕਟਾਈ ਕਰਨੇ ਚੱਲ ਕੇ ਲਵ ਯੂ ਹੋ ਗਿਆ ਗਾਈਸ ਲਓ ਜੀ ਗਾਈਸ ਆਹ ਡਰਾਈਵਰ ਸਾਹਿਬ ਜੀ ਆਪਣਾ ਹੁਣ ਤੁਹਾਡਾ ਭਰਾ ਥੱਲੇ ਲੱਗਦਾ ਚੱਲ ਨਾਲ ਤੁਹਾਨੂੰ ਮਸ਼ੀਨ ਚ ਆ ਕੇ ਉਠਾਉਂਦਾ ਚੱਲਦੀ ਕਿ ਨਹੀਂ ਚੱਲਦੀ ਤੁਹਾਡੇ ਭਰਾ ਕੋਲ ਠੀਕ ਹੋ ਗਿਆ ਆ ਮਸ਼ੀਨ ਦੇ ਵਿੱਚ ਆ ਗਿਆ ਤੇ ਹੁਣ ਇਹਨੂੰ ਉਸਤਾਦ ਹੀ ਚਲਾਉਣਗੇ ਸਾਨੂੰ ਵੀ ਸਮਝਾਉਣਗੇ ਸ਼ਾਇਦ ਸਾਡੀ ਵੀ ਸਮਝ 'ਚ ਆ ਜਾਏ ਗੱਲ ਇਹ ਮਸ਼ੀਨ ਚਲਾਉਂਦੇ ਨੇ ਫਿਰ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿ ਸਾਨੂੰ ਵੀ ਸਾਡੇ ਵੀ ਸਮਝ 'ਚ ਆ ਗਈ ਤੇ ਉਹ ਜਾ ਰਹੀ ਹੈ ਟਰਾਲੀ ਹੁਣ ਖਾਲੀ ਹੋ ਕੇ ਹੁਣ ਅਗਲੇ ਟਿਕਣਾਂ 'ਚ ਜਾਣਾ ਆਪਾਂ ਅੱਜ ਚੜ੍ਹ ਗਈ ਮਸ਼ੀਨ ਆ ਜੇ ਤੁਹਾਡਾ ਭਰਾ ਚੜਿਆ ਗਿਆ ਮਸ਼ੀਨ ਦੇ ਵਿੱਚ ਮਾਸ਼ਾਅੱਲਾ ਜੀ ਜਹਾਜ਼ ਦੀ ਸਵਾਰੀ ਕਰ ਰਹੇ ਹਾਂ ਹਾਂਜੀ ਜੀ ਅਸੀਂ ਆ ਪਹੁੰਚ ਗਏ ਹਾਂ ਆ ਪੁਲੀ 'ਤੇ ਹੁਣ ਆਹ ਵਾਲੀ ਗੰਦਮ ਜੀ ਇਹਦੀ ਕਟਾਈ ਸ਼ੁਰੂ ਕਰਨ ਲੱਗੇ ਹਾਂ ਇਹਦੀ ਕਟਾਈ ਸ਼ੁਰੂ ਹੋਣ ਲੱਗੀ ਜੀ ਮਾਸ਼ਾਅੱਲਾ ਤੁਹਾਡਾ ਭਰਾ ਜੀ ਮਸ਼ੀਨ ਤੋਂ ਲੰਘਿਆ ਪਿਆ ਤੇ ਹੁਣ ਆ ਜੀ ਪੁਲੀ ਆ ਗਈ ਪੁਲੀ ਤੋਂ ਦੀ ਸਾਧ ਨੂੰ ਟਪਾਉਣ ਲੱਗੇ ਨੇ ਮਸ਼ੀਨ ਮਾਸ਼ਾਅੱਲਾ ਹਾਂ
ਅੱਜ ਤੁਹਾਡਾ ਭਰਾ ਲੱਤ ਚਲਾ ਥੱਲੇ ਤੇ ਥੱਲੇ ਜਾ ਕੇ ਵੀਡੀਓ ਬਣਾਉਣੇ ਆਪਾਂ ਲੋ ਲੱਤ ਆਇਆ ਤੁਹਾਡਾ ਭਰਾ ਥੱਲੇ ਹੁਣ ਥੱਲੇ ਖਲੋ ਕੇ ਮਸ਼ੀਨ ਦੀ ਵੀਡੀਓ ਬਣਾਉਣੇ ਆ ਤੇ ਨਾਲ ਤੁਹਾਨੂੰ ਦੱਸਦੇ ਰਹਿੰਦੇ ਬੜੀ ਔਖੀ ਮਾਸ਼ਾਅੱਲਾ ਜੀ ਇੱਥੇ ਲੰਘਣੀ ਹੈ ਬੜਾ ਮੁਸ਼ਕਲ ਕੰਮ ਹੈ ਅੱਲਾ ਹੀ ਖੈਰ ਕਰੇ ਜੀ ਲੋ ਇਹ ਜੀ ਲੰਘ ਗਈ ਹੈ ਜੀ ਵਾ ਸ਼ੁਕਰ ਹੈ ਅੱਲਾ ਦਾ ਜੀ ਲੰਘ ਗਈ ਮਾਸ਼ਾਅੱਲਾ ਮਸ਼ੀਨ ਸ਼ੁਕਰ ਹੈ ਜੀ ਆਪਣੀ ਮਸ਼ੀਨ ਪਹੁੰਚ ਆਈ ਜੀ ਅਖਬੇ ਆਪਣੇ 'ਚ ਅਤੇ ਹੁਣ ਸ਼ੁਰੂ ਹੋਣ ਲੱਗੀ ਹੈ ਆਪਣੀ ਕਟਾਈ ਸ਼ੁਰੂ ਕਰਨ ਲੱਗੀ ਰੇਸਾਂ ਦੇਣ ਲੱਗ ਪਈ ਹੈ ਜੀ ਸਮਝੋ ਜੀ ਰੇਸਾਂ ਦੇਣ ਲੱਗ ਪਏ ਅਤੇ ਕੰਮ ਪਾਉਣ ਲੱਗ ਪੈਂਦੀ ਹੈ ਲਓ ਜੀ ਉਹ ਜੇ ਕਟਰ ਚੱਲ ਪਏ ਆ ਜੇ ਧੂੰਆਂ ਮਾਰਨ ਲੱਗ ਪਈ ਤਾਂ ਨਾਲ ਹੀ ਕਟਿੰਗ ਆਪਣੀ ਸ਼ੁਰੂ ਕਰ ਲਈ ਉਹ ਵੇਖੋ ਜੇ ਉਹ ਜੇ ਉਹ ਜੇ ਚੱਲ ਪਈ ਜੇ ਫਿਰ ਤੂੜਾ ਬੁੱਢੀ ਆਉਂਦੀ ਹੈ ਲਓ ਜੀ ਮਿੰਟਾਂ ਸਕਿੰਟਾਂ ਦੇ ਸੌਦੇ ਕਰੀ ਆਉਂਦੀ ਹੈ ਜੀ ਤੁਹਾਡਾ ਭਰਾ ਦੇ ਮਿੰਟਾਂ ਦੇ ਸਕਿੰਟਾਂ ਦੇ ਸੌਦੇ ਨੇਰੀਆਂ ਕਮਾਈ ਜਾਂਦਾ ਉੱਧਰ ਨੇਰੀਆਂ ਕਮਾਇਆ ਹੁਣ ਅੱਜ ਇਹਦੀ ਨੇਰੀ ਕਮਾ ਦੇਣੀ ਹੈ ਅੱਲਾ ਖੈਰੋ ਆਫੀਅਤ ਨਾ ਆਏ ਜੀ ਅਨਲੋਡਿੰਗ ਹੋਣ ਡੀ ਜੀ ਚੱਲ ਜੀ ਆਹ ਆਪਣੀ ਘਟੇਰੀ ਲੱਗੀ ਜੀ ਮੁਰੱਬੇ ਦੀ ਅਤੇ ਮੁਰੱਬੇ ਦੀ ਆਹ ਲੱਗੀ ਹੈ ਜੀ ਮਾਸ਼ਾਅੱਲਾ ਅਤੇ ਆਹ ਆਪਣਾ ਫਾਰਮ ਹੈ ਜੀ ਡੇਰਾ ਹੈ ਜੀ ਬੰਦੇ ਆਪਣੇ ਕੰਮ ਕਰ ਰਹੇ ਨੇ ਜੀ ਤੁਹਾਡਾ ਭਰਾ ਨਾਲ ਚੱਲ ਆ ਗਿਆ ਚੈੱਕ ਕਰੋ ਫਿਰ ਸਵੈਗ ਸਖਤ ਗਰਮੀਆਂ ਦੇ ਵਿੱਚ ਵੀ ਕੰਮ ਕਰਦੇ ਪਏ ਨੇ ਫਿਰ ਆਉਂਦੇ ਨੇ ਜੀ ਕਿਸਾਨ ਕਿਸਾਨ ਦਾ ਕਸੂਰ ਹੀ ਹੈ ਨਾ ਸਰ ਮਿਹਨਤ ਕਰਕੇ ਅਤੇ ਆਹ ਦਿਨ ਆਉਂਦੇ ਨੇ ਤੋਂ ਬਾਅਦ 'ਚ ਜੀ ਰੇਟ ਨਹੀਂ ਮਿਲਦਾ ਕਿਸਾਨਾਂ ਨੂੰ ਕਿਸਾਨਾਂ ਨਾਲ ਜ਼ੁਲਮ ਨਹੀਂ ਤਾਂ ਹੋਰ ਕੀ ਹੈ ਕਿਸਾਨ ਆਪਣੇ ਘਰ 'ਚ ਹੀ ਰੱਖ ਕੇ ਬਹਿ ਜਾਣ ਫਿਰ ਢੇਰੀਆਂ ਅਤੇ ਕਿਲੋ ਕਿਲੋ ਵੇਚਣ ਕਰਨ ਅਤੇ ਸਮਾਨ ਲੈ ਉਹਨੂੰ ਕਰਨ